ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਤੇ ਹੈਵਾਨੀਅਤ ਭਰਿਆ ਮਾਮਲਾ ਸਾਹਮਣੇ ਆਇਆ ਜਦੋਂ ਆਪਣੀ ਹੀ ਨਾਬਾਲਗ ਬੇਟੀ ਦੇ ਨਾਲ ਪਿਤਾ ਭਰਾ ਤੇ ਮਾਸੜ ਕਈ ਸਾਲਾਂ ਤੱਕ ਰੇਪ ਕਰਦੇ ਰਹੇ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਨਾਬਾਲਿਗ ਬੱਚੀ ਦਾ ਪਿਤਾ ਆਰੋਪੀ ਬਲਵਿੰਦਰ ਸਿੰਘ ਜਦ ਬੱਚੀ ਕਰੀਬ 11 ਸਾਲ ਦੀ ਸੀ ਤਾਂ ਉਸ ਸਮੇਂ ਤੋਂ ਹੀ ਬੱਚੀ ਤੇ ਮਾੜੀ ਅੱਖ ਰੱਖਣ ਲੱਗ ਪਿਆ ਸੀ ਅਤੇ ਉਸ ਨਾਲ ਗਲਤ ਕੰਮ ਕਰਨ ਲੱਗ ਪਿਆ ਸੀ। ਇਸ ਬਾਰੇ ਜਦੋਂ ਬੱਚੀ ਦੀ ਮਾਤਾ ਨੂੰ ਪਤਾ ਲੱਗਿਆ ਤਾਂ ਬੱਚੀ ਦੀ ਮਾਤਾ ਆਪਣੀ ਬੇਟੀ ਨੂੰ ਉਸਦੀ ਮਾਸੀ ਦੇ ਘਰ ਛੱਡ ਆਈ, ਪਰ ਹੈਵਾਨੀਅਤ ਦਾ ਸਿਲਸਿਲਾ ਉੱਥੇ ਵੀ ਨਹੀਂ ਰੁਕਿਆ। ਨਾਬਾਲਗ ਬੱਚੀ ਦਾ ਫਾਇਦਾ ਉਠਾ ਕੇ ਉਸਦਾ ਮਾਸੜ ਵੀ ਉਸ ਨਾਲ ਰੇਪ ਕਰਦਾ ਰਿਹਾ। ਬੱਚੀ ਨੇ ਜਦ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਉਹ ਆਪਣੀ ਬੇਟੀ ਨੂੰ ਦੁਬਾਰਾ ਘਰ ਵਾਪਸ ਲਿਆਈ, ਪਰ ਭਰਾ ਵੀ ਹੈਵਾਨ ਬਣ ਗਿਆ ਅਤੇ ਉਸ ਨਾਲ ਗਲਤ ਕੰਮ ਕਰਨ ਲੱਗਾ, ਜਿਸ ਤੋਂ ਬਾਅਦ ਬੱਚੀ ਨੇ ਪੁਲਿਸ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਦਰਜ ਕਰਵਾਈ। ਬੱਚੀ ਦੀ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਆਰੋਪੀ ਪਿਤਾ, ਭਰਾ ਅਤੇ ਮਾਸੜ ਦੇ ਖਿਲਾਫ ਰੇਪ ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਅਤੇ ਪੀੜਤਾ ਦੇ ਪਿਤਾ ਅਤੇ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਸਦਾ ਮਾਸੜ ਅਜੇ ਫਰਾਰ ਹੈ ਅਤੇ ਪੁਲਿਸ ਉਸਨੂੰ ਵੀ ਜਲਦੀ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕਰ ਰਹੀ ਹੈ। ਇਹ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਾਹਿਬ ਦੇ ਪਿੰਡ ਚੱਕ ਕੰਦੇ ਸ਼ਾਹ ਵਾਲਾ ਤੋਂ ਸਾਹਮਣੇ ਆਈ ਹੈ। ਇਹਦੇ ਵਿੱਚ ਇੱਕ ਲੜਕੀ ਵੱਲੋਂ ਬਿਆਨ ਸੀਗਾ ਵੀ ਮੇਰੇ ਫਾਦਰ ਨੇ ਤੇ ਮੇਰੇ ਬ੍ਰਦਰ ਹੈ ਤੇ ਮੇਰਾ ਜਿਹੜਾ ਫੁੱਫੜ ਹੈਗਾ ਉਹਨੇ ਮੇਰੇ ਨਾਲ ਰੇਪ ਵਗੈਰਾ ਕੀਤਾ ਹੈਗਾ ਤੇ ਜਿਹਦੇ ਸੰਬੰਧ ਦੇ ਵਿੱਚ ਅਸੀਂ FIR ਨੰਬਰ 38 5 7 2024 ਨੂੰ 376 ਦੀ 354-20 ਦੀ ਅਤੇ ਨਾਲ 6 ਪੋਸਕੋ ਐਕਟ ਦੇ ਨਾਲ ਅਸੀਂ FIR ਲੌਜ ਕੀਤੀ ਹੈਗੀ। ਸੋ ਲੜਕੀ ਦਾ ਅਸੀਂ ਮੈਡੀਕਲ ਕਰਾਇਆ ਗਿਆ ਅਤੇ ਉਹਦੇ 164 ਦੇ ਬਿਆਨ ਕਰਾਏ ਗਏ, 2 ਅਸੀਂ ਅਕਿਊਜ਼ ਨੂੰ ਵਾਲੇ ਅਸੀਂ ਫੜਿਆ ਗਿਆ। ਸੋ ਜਿਸ ਤਰ੍ਹਾਂ ਕਾਰਵਾਈ ਅੱਗੇ ਚੱਲ ਜਾਏਗੀ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਅੱਗੇ ਦੱਸ ਦਾਂਗੇ।